ਇੱਕ ਟਾਈਮ ਦਾਦਾ ਬਸੀਗਾ ਜਦੋਂ ਮੈਂ दारू ਪੀਤੀ ਹੋਈ ਸੀ ਪੂਰਾ ਡੱਜਿਆ ਹੋਇਆ ਸੀ दारू ਦੇ ਵਿੱਚ ਤੇ ਰਾਤ ਦਾ ਟਾਈਮ ਸੀ ਧੁੰਦ ਦਾ ਟਾਈਮ ਸੀਗਾ ਮੈਂ ਬਾਈਕ ਤੋਂ ਪਿੱਛੇ ਹੀ ਗਿਰ ਗਿਆ ਸੀ ਆ ਹਰੇ ਤੱਕ ਤੁਸੀਂ ਨਿਸ਼ਾਨ ਦੇਖ ਸਕਦੇ ਹੋ ਆ ਮੇਰਾ ਬਲ ਬਚਾਲਿਓ ਪਟ ਗਿਆ ਸੀਗਾ ਘਰ ਦੇ ਹਾਲਾਤ ਮਾੜੇ ਇੱਕ ਪਾਸੇ ਘਰ ਚ ਰੋਟੀ ਨਹੀਂ ਪਕਦੀ ਸੀ ਇੱਕ ਪਾਸੇ ਮੈਂ ਚਿੱਟੇ ਦੇ ਦਲਦਲ ਦੇ ਵਿੱਚ ਫਸੇ ਟੀਕੇ ਲਾਉਂਦੇ ਮੁੰਡੇ ਜਿਹਦੇ ਵਿੱਚ ਮੈਂ ਕਹਿੰਦਾ ਉਹ ਨਸ਼ੇ ਜਿਹੜੇ ਤੁਸੀਂ ਸੁਨੇ ਵੀ ਨਹੀਂ ਹੋਣਗੇ ਇਹਦੇ ਵਿੱਚ ਜਨਾਨੀਆਂ ਵੀ ਨੇ ਲੇਡੀਜ਼ ਇੱਕ ਹਸਬੈਂਡ ਵਾਈਫ ਇਕੱਠੇ ਨਸ਼ਾ ਕਰਦੇ ਸੀ ਮੈਂ ਬਥੇਰੇ ਰਿਸ਼ਤੇਦਾਰਾਂ ਕੋਲ ਗਿਆ ਬਹੁਤ ਸਾਰੇ ਲੋਕਾਂ ਕੋਲ ਗਿਆ ਹੱਥ ਬੰਨੇ ਮਿੰਤਾ ਕੀਤੀ ਆ ਕਿ ਮੈਨੂੰ ਪੈਸੇ ਦੀ ਲੋੜ ਆ ਮੈਂ ਦੇਖ ਕੇ ਇਹ ਕਹਿੰਦੇ ਸੀ ਪੈਸੇ ਨਾ ਮੰਗ ਲਵੇ ਉਹ ਆ ਗਿਆ ਪੈਸੇ ਨਾ ਮੰਗਲੇ ਮਾੜੇ ਹਾਲਾਤਾਂ ਨੂੰ ਦੇਖ ਕੇ ਅੱਜੋ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਪਾਲ ਕੁਮਾਰ ਲੁਧਿਆਣੇ ਤੋਂ ਬਿਲੋਂਗ ਕਰਦਾ ਅਚਾਨਕ ਘਰ ਦੇ ਵਿੱਚ ਜਿੱਦਾਂ ਕਹਿੰਦੇ ਹਾਲਾਤ ਮਾੜੇ ਹੋਣ ਕਰਕੇ ਇੱਕ ਲਾਸ ਹੋਣ ਕਰਕੇ ਫਾਦਰ ਸਾਹਿਬ ਦੇ ਮਤਲਬ ਹਾਲਾਤ ਮਾੜੇ ਹੋਣ ਕਰਕੇ ਮੈਨੂੰ ਸਕੂਲੋਂ ਹਟਾ ਲਿਆ ਗਿਆ ਮੈਂ 10 ਸਾਲ ਦੀ ਉਮਰ ਦੇ ਵਿੱਚ ਇੱਕ ਵਧੀਆ ਸਕੂਲ ਦੇ ਵਿੱਚ ਪੜਦਾ ਸੀਗਾ 10 ਸਾਲ ਦੀ ਉਮਰ ਤੋਂ ਬਾਅਦ ਜਦੋਂ ਮੇਰਾ ਘਰ ਦੇ ਹਾਲਾਤ ਮਾੜੇ ਹੋਏ ਘਰ ਦੇ ਵਿੱਚ ਲਾਸ ਹੋਇਆ ਉਸ ਲਾਸ ਦੇ ਵਿੱਚ ਜਿਹੜੀ ਜ਼ਿੰਦਗੀ ਆ ਉਹ ਜ਼ਿੰਦਗੀ ਤੁਹਾਨੂੰ ਪਤਾ ਬਹੁਤ ਸਾਰੇ ਉਲਟ ਫੇਰ ਆਉਂਦੇ ਨੇ ਉਸ 10 ਸਾਲ ਦੀ ਉਮਰ ਤੋਂ ਸੰਘਰਸ਼ ਕਰਦਾ ਆ ਰਿਹਾ ਮੈਂ ਇੱਕ ਬਾਜੀਗਰ ਬਰਾਦਰੀ ਤੋਂ ਬਿਲੋਂਗ ਕਰਦਾ ਬਾਜੀਗਰ ਬਰਾਦਰੀ ਜਿਹੜੀ ਹੈ ਕਿ ਦੁਨੀਆ ਦੇ ਵਿੱਚ ਇੱਕ ਵਿਮੁਖਤ ਜਾਤੀ ਕਿਹਾ ਜਾਂਦਾ ਜਦੋਂ ਉਸ ਉਮਰ ਦੇ ਵਿੱਚ ਬਾਜੀਗਰ ਕਹ ਕੇ ਸਾਨੂੰ ਲੋਕਾਂ ਵੱਲੋਂ ਚੜਾਉਣਾ ਲੋਕਾਂ ਵੱਲੋਂ ਮਤਲਬ ਮਿਹਨੇ ਮਾਰਨੇ ਪਰ ਸਾਨੂੰ ਕੋਈ ਅਜੇ ਤੱਕ ਮੰਨਦੇ ਵਿੱਚ ਕੋਈ ਨਹੀਂ ਜਿਸ ਜਾਤ ਦੇ ਵਿੱਚ ਪੈਦਾ ਹੋਏ ਵਾਹਿਗੁਰੂ ਨੇ ਇੱਕ ਜਾਤ ਪਾਤ ਤੋਂ ਉੱਪਰ ਇਨਸਾਨੀ ਰੂਪ ਬਣਾਇਆ ਮੈਂ ਕਿਸੇ ਜਾਤ ਪਾਤ ਨੂੰ ਨਹੀਂ ਮੰਨਦਾ ਮੈਂ ਇਨਸਾਨ ਨੂੰ ਮੰਨਦਾ ਜਿਹੜਾ ਕਿ ਕੁਦਰਤ ਨੇ ਬਖਸ਼ਿਆ ਜਿਹੜਾ ਵਾਹਿਗੁਰੂ ਨੇ ਬਖਸ਼ਿਆ ਮੇਰੀ ਜ਼ਿੰਦਗੀ ਦੇ ਜਿਹੜੇ ਪੜਾਅ ਸ਼ੁਰੂ ਹੋਏ ਨੇ ਉਸ ਦੇ ਵਿੱਚ ਮੈਂ ਸਟੱਡੀ ਕਰਨੋਂ हट ਗਿਆ ਉਸ ਤੋਂ ਬਾਅਦ ਮੈਨੂੰ ਇੱਕ 12 12 ਵਜੇ ਤੋਂ 5 ਵਜੇ ਕੋਈ ਸਰਕਾਰੀ ਸਕੂਲ ਸੀ ਟੀਚਰ ਆਉਂਦੇ ਸੀਗੇ ਟੀਚਰਾਂ ਨੇ ਸਾਨੂੰ ਚਲੋ ਮੈਨੂੰ ਲੈ ਕੇ ਗਏ 5 12 ਤੋਂ 5 ਵਜੇ ਤੱਕ ਮੈਂ ਪੜ੍ਹਨਾ ਸ਼ੁਰੂ ਕੀਤਾ ਕਿਉਂਕਿ ਮੇਰਾ ਮੇਨ ਮੋਟਿਵ ਸੀ ਮੈਂ ਸਟੱਡੀ ਲੈਣੀ ਹੈ ਜਿੱਦਾਂ ਮਰਜ਼ੀ ਲੈਣੀ ਹੈ ਇਹ ਮੇਰਾ ਰਾਈਟ ਸੀਗਾ ਤੇ ਮੈਂ ਆਪਣੇ ਰਾਈਟ ਜਿੱਦਾਂ ਮਰਜ਼ੀ ਲੈਣੇ ਮੈਂ ਸਟੱਡੀ ਜਿੱਦਾਂ ਮਰਜ਼ੀ ਲੈਣੀ ਮੈਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦਾ ਸੀਗਾ ਤੇ ਉਹ ਮੇਰਾ ਰਸਤਾ ਸ਼ੁਰੂ ਹੋਇਆ ਉਸ ਤੋਂ ਬਾਅਦ ਮੈਨੂੰ ਸਕੂਲ ਦੇ ਟੀਚਰਾਂ ਨੇ ਸਪੋਰਟ ਕੀਤੀ ਮੈਂ ਫਿਰ 55 ਤੋਂ ਇੱਕ ਲੇਬਰ ਜੋਬ ਜਿਸ ਨੂੰ ਅੱਜ ਦੇ ਟਾਈਮ 'ਚ ਕ੍ਰਾਈਮ ਕਿਹਾ ਜਾਂਦਾ ਠੀਕ ਹੈ ਜਿਸ ਤੇ ਉਹਤੇ سزا ਵੀ ਮਿਲਦੀ ਮੈਂ ਉਸ ਟਾਈਮ ਤੋਂ 10 12 ਸਾਲ ਦੀ ਉਮਰ ਤੋਂ ਲੇਬਰ ਕਰਨੀ ਸ਼ੁਰੂ ਕੀਤਾ ਤੇ 25 ਰੁਪਏ ਦੀ ਦਿਹਾੜੀ ਤੇ ਮੈਂ ਜਿਹੜੀ ਲੇਬਰ ਕਰਨਾ ਸ਼ੁਰੂ ਕੀਤਾ ਜਿਹੜੀ ਮੋਟਰਾਂ ਹੁੰਦੀਆਂ ਨੇ ਮੱਛੀ ਮੋਟਰ ਜਿਸ ਨੂੰ ਕਿਹਾ ਉਸਤੇ ਵਿੱਚ ਪਟੇ ਹੁੰਦੇ ਨੇ ਉਹਨੂੰ ਕੱਟ ਕੇ ਮੈਂ ਪੈਕਿੰਗ ਕਰਦਾ ਹੁੰਦਾ ਸੀਗਾ ਉਹੋ ਮੇਰੀ ਲਾਈਫ ਜਦੋਂ ਕਹਿੰਦੇ ਆ ਕਿ ਉਹ ਲਾਈਫ ਦੇ ਵਿੱਚ ਜਦੋਂ ਮੈਂ ਇੱਕ ਸਟ੍ਰਗਲ ਕਰਨਾ ਸ਼ੁਰੂ ਕੀਤਾ ਘਰ ਦੇ ਹਾਲਾਤ ਮਾੜੇ ਇੱਕ ਪਾਸੇ ਘਰ ਚ ਰੋਟੀ ਨਹੀਂ ਪੱਕਦੀ ਸੀ ਇੱਕ ਪਾਸੇ ਮੈਂ ਜੌਬ ਕਰਕੇ ਫਿਰ ਸਟੱਡੀ ਕਰਨ ਜਾਂਦਾ ਹੁੰਦਾ ਸੀਗਾ ਮਤਲਬ ਸਵੇਰੇ ਜੌਬ ਕਰਨਾ ਸ਼ਾਮ ਨੂੰ ਸਟੱਡੀ ਕਰਨ ਜਾਣਾ ਮੇਰਾ ਯਾਰ ਦੋਸਤਾਂ ਨੇ ਸਾਥ ਦਿੱਤਾ ਮੈਂ ਪੜਦਾ ਗਿਆ ਪੜਦਾ ਗਿਆ ਚਲੋ ਪ੍ਰਮਾਤਮਾ ਦੇ ਨਾਲੇ ਜੌਬ ਕਰਦਾ ਗਿਆ ਨਾਲੇ ਪੜਦਾ ਗਿਆ ਫਿਰ ਮੇਰੀ 8ਵੀਂ ਤੋਂ ਬਾਅਦ ਮੇਰੀ ਅੱਗੇ ਲਾਈਫ ਸ਼ੁਰੂ ਹੋਈ ਮੈਂ ਵਧੀਆ ਸਕੂਲ ਚ ਲੱਗ ਗਿਆ ਹਰਾਮਗੜੀ ਸਨਿਸਕੈਂਡ ਸਕੂਲ ਜਿਸ ਨੂੰ ਕਹਿੰਦੇ ਮਿਲਰ ਗਾਇਂ ਦੇ ਕੋਲ ਲੁਧਿਆਣੇ ਦੇ ਵਿੱਚ ਤੇ ਉੱਥੇ ਮੈਂ ਲੱਗਿਆ ਉਸ ਤੇ ਉੱਥੇ ਮੇਰੀ ਲਾਈਫ ਅੱਗੇ ਬਹੁਤ ਵਧੀਆ ਸ਼ੁਰੂ ਹੋਈ ਕਹਿੰਦੇ ਉੱਥੇ ਸਟੱਡੀ ਬਹੁਤ ਵਧੀਆ ਸੀ ਤੇ ਉਸ ਤੇ ਫੀਸ ਤਾਂ ਵੀ ਥੋੜਾ ਪ੍ਰੋਬਲਮ ਆਉਂਦੀ ਸੀ ਫਿਰ ਮੈਂ ਆਪਣੀ ਫੀਸ ਫਿਰ ਜੌਬ ਕਰਕੇ ਸ਼ੁਰੂ ਕੀਤੀ ਕਿਉਂਕਿ ਹਾਲਾਤ ਸਾਡੇ ਇਦਾਂ ਦੇ ਸੀਗੇ ਜਦੋਂ ਕਹਿੰਦੇ ਨਾ ਵਾਹਿਗੁਰੂ ਨੇ ਜਦੋਂ ਦੇਣਾ ਉਦੋਂ ਹੀ ਦੇਣਾ ਜਿੰਨਾ ਮਰਜੀ ਹੱਥ ਪੱਲਾ ਮਾਰ ਲਓ ਤੇ ਵਾਹਿਗੁਰੂ ਨੇ ਚਲੋ ਜਿੰਨੀ ਸੇਵਾ ਬਖਸ਼ੀ ਸੀ ਇਚਰੋਂ ਮੈਂ ਪਰਦਾ ਆ ਗਿਆ ਪਰਦਾ ਆ ਗਿਆ 9ਵੀਂ ਕਲਾਸ ਦੇ ਵਿੱਚ 10ਵੀਂ ਚ ਹੋਇਆ 10ਵੀਂ ਚ ਮੇਰੀ ਵਧੀਆ ਪੋਜੀਸ਼ਨ ਆ ਸਕੂਲ ਦੇ ਵਿੱਚੋਂ ਫਿਰ ਮੈਂ ਪਲੱਸ 1 ਦੇ ਵਿੱਚ ਮੇਰੀ ਇੱਕ ਲਾਈਫ ਸ਼ੁਰੂ ਹੋ ਗਈ ਅੱਗੇ ਤੋਂ ਇੱਕ ਪਾਸੇ ਜਿਹੜੀ ਜ਼ਿੰਦਗੀ ਸੀ ਮੇਰੀ ਨਿਸ਼ੇੜੀ ਕਿ ਕਿ ਜਾਂ ਮਤਲਬ ਮਾੜੇ ਕੰਮਾਂ ਦੇ ਵਿੱਚ ਵੀ ਪੈ ਗਿਆ ਸੀਗਾ ਸਟੱਡੀ ਕਰਨ ਦੇ ਨਾਲ ਨਾਲ ਮਾੜੀ ਸੰਗਤ ਦੇ ਵਿੱਚ ਪੈਣ ਕਰਕੇ ਕਿਉਂਕਿ ਉਹ ਹਾਲਾਤ ਇਦਾਂ ਦੇ ਹੁੰਦੇ ਨੇ ਕਿਉਂਕਿ ਗਾਈਡਨਸ ਨਹੀਂ ਹੁੰਦੀ ਜਦੋਂ ਬੰਦੇ ਨੂੰ ਕੋਈ ਗਾਈਡ ਨਹੀਂ ਕਰਦਾ ਉਸ ਟਾਈਮ ਬਹੁਤ ਸਾਰੇ ਇਦਾਂ ਦੇ ਉਤਰਾਅ ਚੜਾਅ ਆਉਂਦੇ ਨੇ ਜ਼ਿੰਦਗੀ ਦੇ ਵਿੱਚ ਕਿਉਂਕਿ ਜਦੋਂ ਅਸੀਂ ਕਹਿੰਦੇ ਨਾ ਕਿ ਸਭ ਤੋਂ ਵਧੀਆ ਮਾਪੇ ਹੁੰਦੇ ਨੇ ਉਦੋਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਗਾਈਡ ਨਹੀਂ ਕੀਤਾ ਕਿਉਂਕਿ ਫਾਦਰ ਸਾਹਿਬ ਆਪਣੀ ਜ਼ਿੰਦਗੀ ਆਪਣੀ ਉਹ ਲੌਸ ਦੇ ਵਿੱਚ ਉਹਨਾਂ ਦੇ ਦਿਮਾਗ ਦੇ ਨਾਲ ਡਿਪਰੈਸ਼ਨ ਸੀਗਾ ਉਹ ਉੱਥੇ ਕੋ ਮਿਲ ਜਾਂਦੇ ਸੀ ਕਿਉਂਕਿ ਇੱਕ ਬਹੁਤ ਵੱਡੀ ਲਕਸਰੀ ਲਾਈਫ 'ਚੋਂ ਇੱਕ ਥ ਮਤਲਬ ਬਹੁਤ ਵੱਡੀ ਕਹਿੰਦੇ ਆ ਕਿ ਮਤਲਬ ਡਿਪਰੈਸ਼ਨ ਜੀ ਆ ਜਾਂਦਾ ਬੰਦੇ ਦੇ ਦਿਮਾਗ ਦੇ ਵਿੱਚ ਤੇ ਉਹ ਫਾਦਰ ਸਾਹਿਬ ਉਸੇ ਚੀਜ਼ 'ਚ ਘੁੰਮੀ ਗਏ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਪਰ ਮੇਰੀ ਮਦਰ ਨੇ ਮੈਨੂੰ ਬਹੁਤ ਬੋਰਡ ਕੀਤੀ ਹੁਣ ਤੱਕ ਜੇ ਦੇਖਿਆ ਜਾਵੇ ਮੇਰੀ ਮਾਂ ਨੇ ਮੈਂ ਗਲਤ ਕੰਮਾਂ ਦੇ ਵਿੱਚ ਪੈ ਗਿਆ ਸੀ ਨਸ਼ੇ ਦੇ ਵਿੱਚ ਪੈ ਗਿਆ ਸੀਗਾ ਦਾਰੂ ਪੀਣ ਲੱਗ ਪਿਆ ਸੀ ਇੱਕ ਟਾਈਮ ਇਦਾਂ ਦਾ ਤਾਂ ਸੀਗਾ ਜਦੋਂ ਮੈਂ ਦਾਰੂ ਪੀਤੀ ਹੋਈ ਸੀ ਪੂਰਾ ਡੱਜਿਆ ਹੋਇਆ ਸੀ ਦਾਰੂ ਦੇ ਵਿੱਚ ਤੇ ਮੇਰੇ ਹਾਲਾਤ ਇਦਾਂ ਦੇ ਸੀ ਕਿ ਮੈਨੂੰ ਹੋਸ਼ ਨਹੀਂ ਸੀ ਕਿ ਮੈਂ ਕੀ ਮਤਲਬ ਕਿਸ ਪਾਸੇ ਨੂੰ ਜਾ ਰਿਹਾ ਉਹ ਬਾਈਕ ਦੇ ਉੱਤੇ ਬੈਠਾ ਹੋਇਆ ਸਬ ਮਾਛੂੜਾ ਤੋਂ ਸਮਰਾਲਾ ਆ ਰਿਹਾ ਸੀਗਾ ਉਸ ਰੋਡ ਦੇ ਉੱਤੇ ਰਾਤ ਦਾ ਟਾਈਮ ਸੀ ਧੁੰਦ ਦਾ ਟਾਈਮ ਸੀਗਾ ਮੈਂ ਬਾਈਕ ਤੋਂ ਪਿੱਛੇ ਹੀ ਗਿਰ ਗਿਆ ਸੀ ਆ ਹਲੇ ਤੱਕ ਤੁਸੀਂ ਨਿਸ਼ਾਨ ਦੇਖ ਸਕਦੇ ਹੋ ਆ ਮੇਰਾ ਬੁੱਲ ਬਚਾਲੋ ਪਟ ਗਿਆ ਸੀਗਾ ਤੇ ਟਾਂਕੇ ਵੀ ਲੱਗੇ ਹੋਏ ਨੇ ਤੇ ਹਲੇ ਤੱਕ ਮੇਰੇ ਇੱਥੇ ਮਤਲਬ ਦਾੜੀ ਵੀ ਨਹੀਂ ਇਹ ਮਤਲਬ ਮੁੱਛ ਵੀ ਨਹੀਂ ਆਉਂਦੀ ਤੇ ਇਹ ਮੇਰੇ ਨਾਲ ਮੈਂ ਉੱਥੇ ਕੱਟੋ-ਕੱਟ 15-20 ਮਿੰਟ ਅੱਧਾ ਘੰਟਾ ਲਾ ਲਓ ਅੱਧਾ ਘੰਟਾ ਉੱਥੇ ਪਿਆ ਰਿਹਾ ਸੀਗਾ ਤੇ ਮੇਰੇ ਦੋਸਤਾਂ ਨੂੰ ਪਤਾ ਨਹੀਂ ਸੀ ਕਿ ਮੈਂ ਉੱਥੇ ਡਿੱਗਿਆ ਹੋਇਆ ਹਾਂ ਤੇ ਉਹ ਜਦੋਂ ਵਾਪਸ ਆਏ ਨੇ ਆ ਕੇ ਉਹਨਾਂ ਨੇ ਮੈਨੂੰ ਚੱਕਿਆ ਚੱਕ ਕੇ ਹਸਪੀਟਲ ਦਾਖਲ ਕਰਾਇਆ ਮਤਲਬ ਕਿ ਇਸ ਤਰ੍ਹਾਂ ਨਸ਼ੇ ਦੀ ਮਤਲਬ ਨਸ਼ੇ ਦੇ ਵਿੱਚ ਧੁੱਤ ਹੋ ਕੇ ਮੈਨੂੰ ਪਤਾ ਨਹੀਂ ਹੁੰਦਾ ਸੀ ਮੈਂ ਕਿੱਥੇ ਓਵਰ ਹੋਇਆ ਹੋਇਆ ਸੀਗਾ ਮਤਲਬ ਬਹੁਤ ਸਾਰੀਆਂ ਇਦਾਂ ਦੇ ਇਹ ਉਤਰਾਵ ਚੜਾਅ ਆਉਂਦੇ ਨੇ ਪਰ ਅਸੀਂ ਕਹਿੰਦੇ ਨਾ ਕਿ ਇੱਕ ਟਾਈਮ ਇਦਾਂ ਦਾ ਵੀ ਆਇਆ ਸੀ ਜਦੋਂ ਮੈਂ ਸਟੱਡੀ ਕਰਕੇ ਅੱਗੇ ਜਾ ਰਿਹਾ ਸੀਗਾ ਤੇ ਮੈਂ ਨਾਨ ਮੈਡੀਕਲ ਕੀਤੀ ਨਾਨ ਮੈਡੀਕਲ ਤੋਂ ਬਾਅਦ ਮੈਂ ਅਗੇ ਬੀਐਸਸੀ ਦੀ ਪੜ੍ਹਾਈ ਕਰਨਾ ਚਾਹੁੰਦਾ ਸੀਗਾ ਚਲੋ ਮੈਂ ਕੋ ਜ ਇੰਜੀਨੀਅਰਿੰਗ ਕਰਨਾ ਚਾਹੁੰਦਾ ਸੀ ਇੰਜੀਨੀਅਰਿੰਗ ਕਰਨ ਤੋਂ ਬਾਅਦ ਮੈਂ ਸੋਚਿਆ ਕਿ ਇਹ ਮਤਲਬ ਇਹ ਪੈਸੇ ਭਰਨ ਦੀ ਜਿਹੜੀ ਪੋਜੀਸ਼ਨ ਹੈ ਨਹੀਂ ਸੀ ਨਹੀਂ ਕਿਉਂਕਿ ਇੰਜੀਨੀਅਰਿੰਗ ਦੇ ਪੈਸੇ ਬਹੁਤ ਲੱਗਦੇ ਨੇ ਤੇ ਇੱਕ ਪਾਸੇ ਮੇਰੀ ਸਿਸਟਰ ਦੀ ਮੈਰਿਜ ਇੱਕ ਪਾਸੇ ਮੇਰੀ ਸਟੱਡੀ ਦੋਨੋਂ ਪਾਸੇ ਮੈਂ ਫਸ ਗਿਆ ਉਸ ਤੋਂ ਬਾਅਦ ਚਲੋ ਮੈਂ ਆਪਣੀ ਸਟੱਡੀ ਛੱਡੀ ਭੈਣ ਦੀ ਮੈਰਿਜ ਕੀਤੀ ਚਲੋ ਕੋਈ ਗੱਲ ਨਹੀਂ ਵਾਹਿਗੁਰੂ ਨੇ ਜੋ ਚਾਇਆ ਪਰ ਉਸ ਤੋਂ ਬਾਅਦ ਜਿਹੜੀ ਜ਼ਿੰਦਗੀ ਅੱਗੇ ਆਈ ਮੈਨੂੰ ਇੰਡੀਅਨ ਨੇਵੀ ਵਿੱਚ ਸੈLECTION ਹੋਈ ਪਲੱਸ 2 ਦੇ ਵਿੱਚ ਇੱਕ ਹਰੇਕ ਨੂੰ ਚਾਂਸ ਦਿੰਦਾ ਵਾਹਿਗੁਰੂ ਤੇ ਉਹ ਚਾਂਸ ਮੈਨੂੰ ਮਿਲਿਆ ਸੀ ਮ ਬਹੁਤ ਸਾਰੇ ਲੋਕਾਂ ਕੋਲ ਗਿਆ ਹੱਥ ਬੰਨੇ ਮਿੰਤਾ ਕੀਤੀਆਂ ਕਿ ਮੈਨੂੰ ਪੈਸੇ ਦੀ ਲੋੜ ਆ ਮੈਂ ਜੌਬ ਲੱਗਣਾ ਚਾਹੁੰਨਾ ਇੱਕ ਸਰਕਾਰੀ ਇੰਡੀਅਨ ਨੇਵੀ ਦੀ ਜੌਬ 15 ਸਾਲ ਦੀ ਜਿਹੜੀ ਜੌਬ ਹੁੰਦੀ ਉਸ ਤੋਂ ਬਾਅਦ ਰਿਟਾਇਰਮੈਂਟ ਹੋ ਜਾਂਦੀ ਹੁਣ ਮੇਰੀ ਰਿਟਾਇਰਮੈਂਟ ਹੋਣੀ ਸੀ ਤੇ ਕਿਸੇ ਨੇ ਹੱਥ ਪੱਲਾ ਨਹੀਂ ਫੜਾਇਆ ਕਿਸੇ ਨੇ ਸਾਥ ਨਹੀਂ ਦਿੱਤਾ ਤੇ ਬਹੁਤ ਸਾਰੇ ਇੱਦਾਂ ਦੇ ਪੜਾਅ ਆਏ ਸੀ ਕਿ ਇੱਕ ਟਾਈਮ ਇੱਦਾਂ ਦਾ ਆਇਆ ਸੀ ਕਿ ਜੀ ਕਰਦਾ ਸੁਸਾਈਡ ਕਰ ਲਈ ਪਰ ਨਹੀਂ ਮਨ ਉਹ ਬੁਝਦਲਾ ਵਾਲਾ ਕੰਮ ਇੱਕ ਕਹਿੰਦੇ ਨਾ ਕਿ ਆਹ ਸੀ ਦਿਹਾੜੇ ਚੱਲਦੇ ਪਏ ਨੇ ਗੁਰੂ ਮਹਾਰਾਜ ਨੇ ਹਿੰਮਤ ਨਹੀਂ ਹਾਰੀ ਸੀ ਤੇ ਹਿੰਮਤ ਨਾ ਹਾਰਨ ਕਰਕੇ ਅੱਜ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਂਦਾ ਉਹਨਾਂ ਨੇ ਪੰਥ ਸੰਭਾਲ ਕੇ ਗਏ ਨੇ ਤੇ ਅਸੀਂ ਉਹਨਾਂ ਦੇ ਰਾਹਾਂ ਤੇ ਚੱਲ ਕੇ ਕਿਉਂ ਨਾ ਅੱਗੇ ਚੱਲੀ ਤੇ ਇਹ ਸੋਚ ਲੈ ਕੇ ਅੱਗੇ ਚੱਲੇ ਆ ਚਲੋ ਪਰਮਾਤਮਾ ਬੜੀ ਗੁਰੂ ਜੀ ਨੇ ਬਹੁਤ ਬਖਸ਼ਿਸ਼ ਕੀਤੀ ਤੇ ਉਸ ਟਾਈਮ ਜਦੋਂ ਮੇਰੀ ਨੌਕਰੀ ਵੀ ਗਈ ਜਦੋਂ ਮੇਰੀ ਸਟੱਡੀ ਵੀ ਰਹਿ ਗਈ ਪਰ ਫਿਰ ਵੀ ਮੇਰੇ ਮਨ ਦੇ ਵਿੱਚ ਇੱਕ ਸਵਾਲ ਆਇਆ ਕਿ ਜ਼ਿੰਦਗੀ ਦੇ ਵਿੱਚ ਮੇਰੇ ਨਾਲ ਇਹ ਚੀਜ਼ ਹੋਈ ਆ ਪਰ ਕਿਸੇ ਨਾਲ ਨਹੀਂ ਇਹ ਹੋਣ ਦਵਾਗਾ ਨਾ ਹੀ ਇਹ ਕਿਸੇ ਨਾਲ ਕਿਸ ਨੂੰ કહਾਂ ਇਹ ਮਤਲਬ ਕਿਸੇ ਨੂੰ ਇਹ ਮਨ ਦੇ ਵਿੱਚ ਹੋਊਗੀ ਯਾਰ ਮੇਰੇ ਪੈਸੇ ਕਰਕੇ ਜੌਬ ਛੁੱਟ ਗਈ ਮੇਰੇ ਪੈਸੇ ਕਰਕੇ ਮੇਰਾ ਇਲਾਜ ਰਹਿ ਗਿਆ ਪੈਸੇ ਕਰਕੇ ਮੈਂ ਅੱਗੇ ਨਹੀਂ ਵੱਸ ਸਕਦਾ ਇਹ ਚੀਜ਼ ਕਿਸੇ ਦੇ ਮੂੰਹ ਮਨੇ ਸੁਣਨ ਨਵਾਗਾ ਕਿਉਂਕਿ ਇਹ ਮੇਰੇ ਮਨ ਦੇ ਵਿੱਚ ਸੀ ਉਸ ਤੋਂ ਬਾਅਦ ਜਿਹੜੀ ਮੇਰੀ ਜ਼ਿੰਦਗੀ ਦਾ ਅਗਲਾ ਪੜਾਅ ਸ਼ੁਰੂ ਹੋਇਆ ਉਹ ਹੋਇਆ ਮੈਂ ਬਿਲਕੁਲ ਹੁਣ ਤੁਹਾਡੇ ਅੱਗੇ ਮੈਂ ਸਾਬਤ ਸੂਰਤਾ ਬਿਲਕੁਲ ਬਿਲਕੁਲ ਮੈਂ ਕਲੀਨ ਸ਼ੇਵ ਸੀਗਾ ਤੇ ਬੇਗੁਰਾ ਸੀਗਾ ਬੇਗੁਰਾ ਹੀ ਕਹਿ ਸਕਦੇ ਆ ਕਿਉਂਕਿ ਜਦੋਂ ਬੰਦਾ ਗੁਰੂ ਵਾਲਾ ਹੋ ਜਾਂਦਾ ਤੁਹਾਡੇ ਸਾਹਮਣੇ ਉਹ ਖੜਾ ਪਹਿਲੇ ਮੇਰੀ ਬਹੁਤ ਸਾਰੀ ਜ਼ਿੰਦਗੀ ਦੇ ਵਿੱਚ ਘਾਟੇ ਵੱਧੇ ਇਹ ਨਸ਼ੇ ਵੀ ਕਰਦਾ ਸੀ ਬਹੁਤ ਕੁਝ ਕਰਦਾ ਸੀਗਾ ਮਤਲਬ ਉਹ ਜ਼ਿੰਦਗੀ ਦੇਖੀ ਕਟਿਆ ਤੋਂ ਕਟਿਆ ਜ਼ਿੰਦਗੀ ਦੇਖੀ ਹੈ ਹੁਣ ਟਾਈਮ ਜਿਹੜਾ ਆਇਆ ਉਹ ਮੇਰੇ ਤੇ ਆਇਆ ਪੰਜਾਬ ਸਿੰਘ ਐਨਜੀਓ ਚਲਾਨੀ ਸ਼ੁਰੂ ਕੀਤੀ ਵਾਹਿਗੁਰੂ ਨੇ ਚਲੋ ਮੇਰੇ ਨਾਲ ਮੇਰੀ ਟੀਮ ਜੋੜੀ ਟੀਮ ਜੋੜਨ ਤੋਂ ਬਾਅਦ ਮੇਰੇ ਅੱਗੇ-ਅੱਗੇ ਜਿਹੜੇ ਮਤਲਬ ਫਰੈਂਡ ਉਰ ਜੋੜ ਦੇ ਗਏ ਟੀਮ ਮੈਂਬਰ ਜੋੜ ਦੇ ਗਏ ਬਾਰੋ ਕੈਨੇਡਾ ਅਮਰੀਕਾ ਤੋਂ ਮੇਰੇ ਨਾਲ ਡੋਨਰ ਜੁੜੇ ਮੇਰੀ ਹਮੇਸ਼ਾ ਹੀ ਪੰਜਾਬ ਸਿੰਘ ਐਨਜੀਓ ਦੀ ਜਿਹੜੀ ਇੱਕ ਪਾਲਿਸੀ ਮਤਲਬ ਇਹ ਥਾਟ ਰਹੀ ਸੀ ਉਹਦਾ ਹੀ ਸੀ ਕਿ ਕੈਸ਼ ਬਿਲਕੁਲ ਕੈਸ਼ ਮਤਲਬ ਇਹ ਹ ਮਤਲਬ ਕੋਈ ਪੈਸਾ ਕਿਸੇ ਤੋਂ ਲੈਣਾ ਨਹੀਂ ਅਕਾਊਂਟ ਦੇ ਵਿੱਚ ਪਵਾਣਾ ਸਿੱਧੀ ਔਰ ਸਿੱਧੀ ਮਦਦ ਕਰਵਾਣੀ ਹੈ ਤੇ ਸਾਡੇ ਕੋਲ ਜਿਹੜੇ ਡੋਨਰ ਆਉਂਦੇ ਸੀਗੇ ਉਹ ਡੋਨਰ ਬਾਹਰੋਂ ਫੋਨ ਕਰਦੇ ਸੀ ਮੈਂ ਲਾਈਵ ਪਾਉਂਦਾ ਸੀਗਾ ਲਾਈਵ ਦੇ ਵਿੱਚ ਜਦੋਂ ਕਿਸੇ ਨੂੰ ਲੋੜ ਹੁੰਦੀ ਸੀ ਬਾਹਰੋਂ ਫੋਨ ਆਉਂਦਾ ਸੀ ਬਾਹਰੋਂ ਫੋਨ ਆ ਕੇ ਉਹ ਪੁੱਛਦੇ ਸੀ ਕਿਹਨੂੰ ਲੋੜ ਆ ਅਸੀਂ ਸਿਰਫ ਜਿਹੜਾ ਪੇਸ਼ੈਂਟ ਹੁੰਦਾ ਸੀ ਜਿਹੜਾ ਮਦਦ ਜਿਸ ਨੂੰ ਮਦਦ ਦੀ ਲੋੜ ਹੁੰਦੀ ਸੀ ਉਸ ਦਾ ਨੰਬਰ ਦੇ ਦਿੰਦੇ ਸੀ ਡਾਇਰੈਕਟ ਮਤਲਬ ਜੋੜ ਦਿੰਦੇ ਸੀ ਅਸੀਂ ਵਿੱਚੋਂ ਨਿਕਲ ਜਾਂਦੇ ਸੀ ਇਹੀ ਸਾਡੀ ਸੇਵਾ ਸੀ ਉਸ ਤੋਂ ਬਾਅਦ ਇੱਕ ਹੋਰ ਸਾਡੀ ਵੱਖਰੀ ਸੇਵਾ ਉਹ ਹੈਗੀ ਨਸ਼ੇੜੀਆਂ ਦੀ ਪੰਜਾਬ ਚਿੱਟੇ ਦਾ ਦਲਦਲ ਦੇ ਵਿੱਚ ਤਸਿਆ ਹੋਇਆ ਸੀਗਾ ਮੇਰੇ ਅੱਖਾਂ ਦੇ ਸਾਹਮਣੇ ਮੈਂ ਚਿੱਟੇ ਲਾਉਂਦੇ ਟੀਕੇ ਦੇਖੇ ਸੀ ਮੈਂ ਆਪ ਨਸ਼ੇ ਦੇ ਵਿੱਚ ਰਹਾ ਚਿੱਟੇ ਲਾਉਂਦੇ ਟੀਕੇ ਦੇਖੇ ਮੁੰਡੇ ਮੇਰੇ ਅੱਖਾਂ ਦੇ ਸਾਹਮਣੇ ਪਏ ਸੀਗੇ ਪਰ ਮੈਂ ਮੈਨੂੰ ਬਹੁਤ ਸਾਰਾ ਦੁੱਖ ਦੇਖਣਾ ਪਿਆ ਮੈਨੂੰ ਪਰਚੇ ਕਰਾਉਣੇ ਪਏ ਮੈਨੂੰ ਆਪਣੇ ਆਪ ਨੂੰ ਮਤਲਬ ਗਾਲਾਂ ਵੀ ਸੁੋਨੀਆਂ ਪਈਆਂ ਮੈਨੂੰ ਬਹੁਤ ਸਾਰਾ ਕੁਸਹਿਣਾ ਪਿਆ ਤੇ ਮੈਂ ਉਹ ਜ਼ਿੰਦਗੀ ਨਹੀਂ ਛੱਡੀ ਕਿਉਂਕਿ ਮੇਰਾ ਇੱਕ ਮੇਨ ਮੋਟਿਵ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਕਿਸੇ ਨਾਲ ਉਹ ਦਿਨ ਨਾ ਦਿਖਾਵਾਂ ਜਿਹੜੇ ਮੈਂ ਦਿਨ ਦੇਖੇ ਨੇ ਤੇ ਇਸ ਕਰਕੇ ਮੈਂ ਅੱਗੇ ਤੇ ਜਿਹੜੀ ਜ਼ਿੰਦਗੀ ਸ਼ੁਰੂ ਕੀਤੀ ਉਹਦੇ ਵਿੱਚ ਘੱਟੋ-ਘੱਟ ਮੈਂ ਹਜ਼ਾਰਾਂ ਨੌਜਵਾਨਾਂ ਨੂੰ ਨਸ਼ੇ ਚੋਂ ਕੱਢ ਚੁੱਕਾ ਜਿਦੇ ਵਿੱਚ ਚਿੱਟੇ ਦੇ ਦਲਦਲ ਦੇ ਵਿੱਚ ਫਸੇ ਟੀਕੇ ਲਾਉਂਦੇ ਮੁੰਡੇ ਜਿਦੇ ਵਿੱਚ ਮੈਂ ਕਹਿੰਦਾ ਉਹ ਨਸ਼ੇ ਜਿਹੜੇ ਤੁਸੀਂ ਸੁਣੇ ਵੀ ਨਹੀਂ ਹੋਣਗੇ ਇਹਦੇ ਵਿੱਚ ਜਨਾਨੀਆਂ ਵੀ ਨੇ ਲੇਡੀਜ਼ ਇੱਕ ਹਸਬੈਂਡ ਵਾਈਫ ਇਕੱਠੇ ਨਸ਼ਾ ਕਰਦੇ ਸੀ ਚਿੱਟਾ ਲਾਉਂਦੇ ਸੀ ਉਹਨਾਂ ਨੂੰ ਦਲਦਲ ਦੇ ਵਿੱਚੋਂ ਕੱਢਿਆ ਉਹ ਟਾਈਮ ਸੀ ਜਦੋਂ ਮੈਨੂੰ ਪੁੱਛਦੇ ਸੀਗੇ ਜਦੋਂ ਮੈਨੂੰ ਮਤਲਬ ਇੱਕ ਬਾਜੀਗਰ ਕਹਿ ਕੇ ਇੱਕ ਮਤਲਬ ਮਤਲਬ ਨਸ਼ੇੜੀ ਕਹਿ ਕੇ ਮਤਲਬ ਬਹੁਤ ਸਾਰੀਆਂ ਤਰੀਕੇ ਨਾਲ ਬੁਲਾਇਆ ਜਾਂਦਾ ਸੀਗਾ ਉਹ ਵੀ ਟਾਈਮ ਸੀ ਮੇਰੇ ਤੇ ਜਦੋਂ ਕੋਈ ਜਾਣਦਾਨੀ ਸੀ ਮੈਂ ਕੈਮਰੇ ਅੱਗੇ ਨਹੀਂ ਬੋਲਦਾ ਸੀ ਨਾ ਮੈਨੂੰ ਕੋਈ ਬੋਲਣਾ ਬੋਲਣਾ ਆਉਂਦਾ ਸੀਗਾ ਪਰ ਉਹ ਟਾਈਮ ਵੀ ਆਇਆ ਜਦ ਮੈਨੂੰ ਦੁਨੀਆ ਜਾਣਨ ਲੱਗ ਪਈ ਕਈ ਜਗ੍ਹਾ ਮੈਨੂੰ ਮਤਲਬ ਬਹੁਤ ਮਾਰੇ ਚੰਗੇ ਲਫ਼ਜ਼ ਵੀ ਬੋਲੇ ਲੋਕਾਂ ਨੇ ਕਈ ਜਗ੍ਹਾ ਇਹ ਦੱਸਿਆ ਕਿ ਇਹ ਐਨਜੀਓ ਲੈ ਪੈਸੇ ਖਾਂਦੇ ਨੇ ਕਈ ਜਗ੍ਹਾ ਸਾਨੂੰ ਬਹੁਤ ਕੁਝ ਦਦਆਂ ਦੀਆਂ ਮਤਲਬ ਸਹਿਣੀਆਂ ਪੈਂਦੀਆਂ ਨੇ ਜਦੋਂ ਅਸੀਂ ਕਿਸੇ ਅੱਗੇ ਜਦੋਂ ਸ਼ੀਸ਼ਾ ਸਾਹਮਣੇ ਰੱਖ ਦਿੰਦੇ ਨਾ ਉਦੋਂ ਲੋਕਾਂ ਨੂੰ ਪਤਾ ਲੱਗਦਾ ਤੇ ਮੈਨੂੰ ਮੈਂ ਕਦੇ ਕਿਸੇ ਦੀ ਮੇਰੀ ਇੱਕ ਆਦਤ ਰਹੀ ਹੈ ਮੈਂ ਕਦੇ ਕਿਸ ਨੂੰ ਮੂੰਹ ਤੇ ਜਵਾਬ ਨਹੀਂ ਦਿੰਦਾ ਨਾ ਹੀ ਮੇਰਾ ਇਹ ਚੀਜ਼ ਆ ਮੈਂ ਇੱਕ ਹੀ ਲੋਕਾਂ ਨੂੰ ਉਹੀ ਕਹਿੰਦਾ ਹੁੰਦਾ ਸੀ ਜਦੋਂ ਮੇਰੀ ਕੋਈ ਪਿੱਠ ਪਿੱਛੇ ਬੁਰਾਈ ਕਰਦਾ ਸੀ ਕਿ ਆਕਾਲਪੁਰਗ ਵਾਹਿਗੁਰੂ ਨੂੰ ਸਮਾ ਆਉਂਦੇ ਉਸ ਨੂੰ ਆਪਣੇ ਜਵਾਬ ਮਿਲ ਜਾਊਗਾ ਤੇ ਉਹ ਜਵਾਬ ਮਿਲੇ ਵੀ ਨੇ ਅੱਜ ਜਿਹੜੇ ਲੋਕ ਸਾਡੇ ਕੋਲੋਂ ਗੱਡੀਆਂ ਲੈ ਕੇ ਲੰਘਦੇ ਸੀ ਜਿਸ ਜਿਹੜਾ ਮਜ਼ਾਕ ਕਰਾਉਂਦੇ ਸੀ ਸਾਨੂੰ ਜਿਹੜਾ ਬਹੁਤ ਸਾਰੇ ਮਾੜੇ ਲਫ਼ਜ਼ ਬੋਲਦੇ ਸੀ ਮਤਲਬ ਦੇਖ ਕੇ ਇਹ ਕਹਿੰਦੇ ਸੀ ਪੈਸੇ ਨਾ ਮੰਗ ਲਵੇ ਉਹ ਆ ਗਿਆ ਪੈਸੇ ਨਾ ਮੰਗਲੇ ਮਾੜੇ ਹਾਲਾਤਾਂ ਨੂੰ ਦੇਖ ਕੇ ਅੱਜ ਉਹੀ ਮਤਲਬ ਉਹੀ ਟਾਈਮ ਲੈਣ ਲਈ ਉਹੀ ਫੋਨ ਕਰ ਕਰਕੇ ਪੁੱਛਦੇ ਭਾਜੀ ਤੁਹਾਡੇ ਕੋਲ ਟਾਈਮ ਹੈਗਾ ਮਤਲਬ ਇਹ ਸਟੇਟਸ ਬਣਾਤਾ ਮੇਰਾ ਮੈਂ ਅੱਜ 22 ਇਅਰ ਦਾ ਹੋ ਗਿਆ 32 ਸਾਲ ਦਾ ਹੋ ਗਿਆ ਮੈਂ 32 ਸਾਲ ਦੇ ਵਿੱਚ ਹੁਣ ਤੱਕ ਸੰਘਰਸ਼ ਹੀ ਕਰਦਾ ਆਇਆ ਪਰ ਇੱਕ ਇਹ ਵੀ ਜਿੰਦਗੀ ਸੰਘਰਸ਼ ਦਾ ਨਾਮ ਸੰਘਰਸ਼ ਦਾ ਨਾਮ ਜ਼ਿੰਦਗੀ ਹੈ ਤੇ ਸੰਘਰਸ਼ ਕਰਨ ਤੋਂ ਮੈਂ ਕਦੇ ਨਹੀਂ ਡਰਦਾ ਤੇ ਇਹ ਸੰਘਰਸ਼ ਮੈਨੂੰ ਰੰਧੀ ਦੁਨੀਆ ਤੱਕ ਯਾਦ ਰਹੂਗਾ ਹੁਣ ਅੱਜ ਜਿੱਥੇ ਮੈਨੂੰ ਕੋਈ ਜਾਣਦਾ ਨਹੀਂ ਸੀ ਜਿੱਤੇ ਕੋਈ ਮੈਨੂੰ ਪਛਾਣਦਾ ਨਹੀਂ ਸੀ ਅੱਜ ਲੋਕ ਰਿੰਕੂ ਗਾਂਧੀ ਦੇ ਨਾਮ ਨਾਲ ਜਾਣਨ ਲੱਗ ਪਏ ਉਸ ਤੋਂ ਬਾਅਦ ਮੇਰਾ ਜਿਹੜਾ ਅੱਗੇ ਨੂੰ ਪੰਜਾਬ ਸਿੰਘ ਐਂਜੂ ਥਰੂ ਮੇਰਾ ਨਾਮ ਜੁੜਿਆ ਦੀਪ ਸਿੱਧੂ ਨਾਲ ਦੀਪ ਸਿੱਧੂ ਜਿਹੜਾ ਪੰਜਾਬ ਦੇ ਵਿੱਚ ਬਹੁਤ ਵੱਡੀ ਇੱਕ ਲਹਿਰ ਲੱਗਿਆ ਸੀ ਉਹਦੇ ਨਾਲ ਚਲੋ ਸਾਡੀ ਸਾਂਝ ਬਈ ਪੰਜਾਬ ਸਿੰਘ ਐਂਜੂ ਬਾਰੇ ਦੱਸਿਆ ਉਹ ਬਹੁਤ ਪਸੰਦ ਕੀਤਾ ਉਹਨੇ ਦੱਸਿਆ ਕਿ ਹਾਂ ਬਹੁਤ ਵਧੀਆ ਕਰ ਰਿਹਾ ਉਹਨਾਂ ਨੇ ਮੇਰੀ ਸਪੋਰਟ ਕੀਤੀ ਇੱਕ ਬਹੁਤ ਵੱਡਾ ਕਲਾਕਾਰ ਹੋਣ ਦੇ ਨਾਤੇ ਬਹੁਤ ਵੱਡੀ ਗੱਲ ਹੈ ਕਿ ਇੱਕ ਬਹੁਤ ਵੱਡਾ ਕਲਾਕਾਰ ਮੈਨੂੰ ਮਤਲਬ ਜਾਣਨ ਲੱਗ ਪਈ ਸੀ ਬਾਈ ਨੇਮ ਤੇ ਉਸਨੇ ਮੇਰੀ ਸਾਨੂੰ ਸਪੋਰਟ ਕੀਤੀ ਉਹ ਸਾਡੀ ਟੀਮ ਦਾ ਹਿੱਸਾ ਬਣਿਆ ਚਲੋ ਬਹੁਤ ਟਾਈਮ ਲੰਘਿਆ ਚਲੋ ਬਾਕੀ ਜਿੰਨੀ ਕਿ ਵਾਇਗੁਰੂ ਨੇ ਉਸ ਨੂੰ ਬਖਸ਼ੀ ਸੀ ਅਸੀਂ ਸਲੂਟ ਕਰਦੇ ਹਾਂ ਉਸ ਨੂੰ ਵੀ ਕਿਉਂਕਿ ਉਸ ਨੇ ਵੀ ਮੇਰੀ ਜ਼ਿੰਦਗੀ ਬਹੁਤ ਸਾਰੇ ਉਸ ਨੇ ਬਹੁਤ ਸਾਰੀਆਂ ਚੀਜ਼ਾਂ ਸਿਕਾਈਆਂ ਤੇ ਉਹ ਚੀਜ਼ਾਂ ਮੈਂ ਆਪਣੇ ਮਨ ਦੇ ਵਿੱਚ ਲੈ ਕੇ ਚੱਲਿਆ ਤੇ ਅੱਜ ਉਸੇ ਦੇ ਰਾਹ ਦੇ ਉੱਤੇ ਅੱਜ ਦੇ ਦੇਖਿਆ ਜਾਵੇ ਕਿੱਥੇ ਇੱਕ ਬਾਜੀਗਰ ਜਾਂ ਖਾਲਸਤਾਨੀ ਕਹਿਣ ਵਾਲਾ ਬੰਦਾ ਅੱਜ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਜਿਸ ਜਿਸ ਨੂੰ ਅਨਕ ਸਿੰਘ ਖਾਲਸਾ ਜਾਂ ਰਿੰਕੂ ਗਾਂਧੀ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਇਹ ਤੁਹਾਡੇ ਸਾਹਮਣੇ ਸਰੂਪ ਲੈ ਕੇ ਹਾਜ਼ਰ ਹੋਇਆ ਇਸ ਕਰਕੇ ਮੇਰੀ ਸਾਰਿਆਂ ਨੂੰ ਪੀਰ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜੇ ਕਾਮਯਾਬ ਹੋਣਾ ਨਾ ਕਦੇ ਵੀ ਮਨ ਦੇ ਵਿੱਚ ਇਹ ਨਾ ਸੋਚੋ ਕਿ ਨਹੀਂ ਮੈਨੂੰ ਹੋਣੀ ਮਿਲਦਾ ਨਹੀਂ ਮੈਨੂੰ ਇਹ ਚੀਜ਼ ਨਹੀਂ ਮਿਲਦੀ ਮਿਲ ਸਭ ਕੁਝ ਜਾਂਦਾ ਬਸ ਬੰਦੇ ਦੇ ਅੰਦਰ ਇੱਕ ਗੋਲ ਹੋਣਾ ਚਾਹੀਦਾ ਬੰਦੇ ਦੇ ਅੰਦਰ ਜਿਹੜਾ ਇੱਕ ਗੋਲ ਜੇ ਤੁਸੀਂ ਗੋਲ ਰੱਖੋਗੇ ਨਾ ਫਿਰ ਸਭ ਕੁਝ ਮਿਲੂਗਾ ਮਹਾਰਾਜ ਨੇ ਕਿੱਥੇ ਮੈਨੂੰ ਅਰਸ਼ ਇਹ ਫਰਸ਼ ਤੇ ਸੀਗਾ ਕਿੱਥੇ ਅਰਸ਼ਾ ਤੇ ਲੈ ਆਏ ਅੱਜ ਮੈਂ ਇੱਕ ਇਹੋ ਜਿਹਾ ਮਤਲਬ ਪਰਸਨ ਬਣ ਗਿਆ ਜਿਸ ਨੂੰ ਇੱਕ ਦੁਨੀਆ ਦੇ ਵਿੱਚ ਅਲੱਗ ਪਛਾਣ ਦਿੱਤੀ ਹੋਈ ਹੈ ਤੇ ਉਹ ਅਲੱਗ ਪਹਿਚਾਨ ਕੀ ਆ ਪੰਜਾਬ ਸਿੰਘ ਐਨ ਜੀਓ ਦਾ ਓਨਰ ਪੰਜਾਬ ਸਿੰਘ ਐਨ ਜੀਓ ਪੰਜ ਆਪ ਸਿੰਘ ਐਨ ਜੀਓ ਦਾ ਓਨਰ ਤੇ ਅੱਜ ਪੰਜਾਬ ਸਿੰਘ ਐਨ ਜੀਓ ਦਾ ਓਨਰ ਉੱਥੇ-ਉੱਥੇ ਖੜਦਾ ਜਿੱਥੇ-ਜਿੱਥੇ ਲੋੜ ਹੁੰਦੀ ਆ ਜਿੱਥੇ-ਜਿੱਥੇ ਨਸ਼ਿਆ ਦੇ ਖਿਲਾਫ ਲੋੜ ਹੁੰਦੀ ਆ ਉੱਥੇ-ਉੱਥੇ ਖੜਦੇ ਆ ਜਿੱਥੇ-ਜਿੱਥੇ ਧੀਆਂ ਪੜਾਂ ਦੀ ਬੇਪਤੀ ਹੁੰਦੀ ਉੱਤੇ-ਉੱਤੇ ਖੜਦੇ ਤੇ ਇਹ ਸਾਡੀ ਸੇਵਾ ਆ ਤੇ ਇਹ ਸੇਵਾ ਅੱਗੇ ਵੀ ਬਹੁਤ ਵੱਡੇ ਪੱਧਰ ਤੇ ਹੋਊਗੀ ਤੇ ਇੰਨੀ ਆ ਕਿ ਜਿਹੜੀਆਂ ਗੱਲਾਂ ਨੇ ਤੁਹਾਡੇ ਅੱਗੇ ਕਹਿ ਕੇ ਇਹ ਮਤਲਬ ਇਜਾਜ਼ਤ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਡੀ ਸਟੋਰੀ ਵਿੱਚ ਵੀ ਕਿਸੇ ਨੂੰ ਇਨਸਪਾਇਰ ਕਰਨ ਦਾ ਜਜ਼ਬਾ ਹੈ ਤੇ ਜੋਸ਼ ਦੇ ਮੰਚ ਤੇ ਆਪਣੀ کہانی ਪੇਸ਼ ਕਰਨਾ ਚਾਹੁੰਦੇ ਹੋ ਤਾਂ ਇਸ QR ਕੋਡ ਨੂੰ ਸਕੈਨ ਕਰੋ ਤੇ ਕਮੈਂਟਸ ਵਿੱਚ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ ਤੇ ਪਾਓ ਜੋਸ਼ ਸਪੀਕਰ ਬਣਨ ਦਾ ਮੌਕਾ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ